साजन तेरे चरण की होए रहा सद तोर, होए रहा सद तोर। साजन तेरे चरण नानक शरण तुहारिया, नानक शरण तुहारिया। पेखु सदा दो साजन तेरे चरण के, साजन तेरे साजन तेरे चरण की, साजन तेरे चरण की, साजन तेरे, साजन तेरे, साजन तेरे चरण की। आज 7 सितंबर 23 पादरो धन धन सतगुरु भगवान दास साहिब सचे पातशाह जी का ज्योति जोत गुरपुरब। हर गुरसिख एक कोशिश कर रहा है कि वह गुरु दर ते पहुंचे ते अपने मालक दिया खुशियां प्राप्त करे, क्योंकि उसकी जड़ी महिमा है वो कहने ते सुनने तो परे है। आओ सारे प्यार दे नाल गुरबाणी दिया इन पंक्तियां नू मिल के पढ़े। सतगुरु दयानिध महिमा अगाध बो, सतगुरु दयानिध महिमा अगाध बो। नमो 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 नेत नेत ने, नमो 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 नेत 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 है। सतगुरु दयानिध महिमा अगाध बो, सतगुरु दयानिध महिमा अगाध बो। नमो 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 नेत 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 है, नमो 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 नेत, नमो 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 नेत 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 है। नमो 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 नेत 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 है। सतगुरु दयानिध महिमा अगाध बो, सतगुरु दयानिध महिमा अगाध बो। नमो 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 नेत 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 है, नमो 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 नेत 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 है। चरण शरण गुर ए
ਇੱਕ ਪਿੰਡ ਜਾਏ ਚਲ ਚਰਨ ਸਰਨ ਗੁਰ, ਇੱਕ ਪਿੰਡ ਜਾਏ ਚਲ ਚਰਨ ਸਰਨ ਗੁਰ, ਇੱਕ ਪਿੰਡ ਜਾਏ ਚਲ ਚਰਨ ਸਰਨ ਗੁਰ, ਇੱਕ ਪਿੰਡ ਜਾਏ ਚਲ ਸਤ ਗੁਰੂ ਕੋਟ ਪਿੰਡ ਆਗੇ ਹੋਏ ਲੇਤ ਹੈ, ਸਤ ਗੁਰੂ ਕੋਟ ਪਿੰਡ ਆਗੇ ਹੋਏ ਲੇਤ, ਸਤ ਗੁਰੂ ਕੋਟ ਪਿੰਡ ਆਗੇ ਹੋਏ ਲੇਤ ਹੈ, ਸਤ ਗੁਰੂ ਕੋਟ ਪਿੰਡ ਆਗੇ ਹੋਏ ਲੇਤ ਹੈ, ਸਤ ਗੁਰੂ ਦਇਆ ਨਿਧ ਮਹਿਮਾ ਗਾਦ ਬੋ, ਸਤ ਗੁਰ ਦਇਆ ਨਿਧ ਮਹਿਮਾ ਗਾਦ ਬੋ, ਨਮੋ 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 ਨੇਤ 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 ਹੈ, ਨਮੋ 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 ਨੇਤ 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 ਹੈ, ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ, ਸਿਮਰਨ ਤਾਹੇ ਬਾਰੰਬਾਰ ਗੁਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ, ਸਤ ਗੁਰੂ ਦਇਆ ਨਿਧ ਮਹਿਮਾ ਅਗਾਧ ਬੋ, ਸਤ ਗੁਰ ਦਇਆ ਨਿਧ ਭਗਤ ਪਾਏ ਕੋਟੀ ਅਕਿਰਪਾਖ ਰੱਖੇ, ਪਾਵਨੀ ਭਗਤ ਪਾਏ ਕੋਟੀ ਅਕਿਰਪਾਖ ਰੱਖੇ, ਪਾਵਨੀ ਭਗਤ ਪਾਏ ਕੋਟੀ ਅਕਿਰਪਾਖ ਰੱਖੇ, ਪਾਵਨੀ ਭਗਤ ਪਾਏ ਕੋਟੀ ਅਕਿਰਪਾਖ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, 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 ਸਤ ਗੁਰੂ ਦਇਆ ਨਿਧ ਮਹਿਮਾ ਗਾਦ ਬੋ, ਸਤ ਗੁਰ ਦਇਆ ਨਿਧ ਮਹਿਮਾ ਗਾਦ ਬੋ, ਨਮੋ 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 ਨੇਤ 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 ਹੈ, ਨਮੋ 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 ਨੇਤ ਨੇਤ ਹੈ, ਧੰਨ ਸਤ ਗੁਰ ਭਗਵਾਨ ਦਾਸ ਜੀ, ਧੰਨ ਸਤ ਗੁਰ ਭਗਵਾਨ ਦਾਸ, ਨਮੋ ਨਮੋ
नेत है सतगुरु दयाल नित महिमा गात वो सतगुरु दयाल नित महिमा गात वो नमो 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 नेत 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 है तेरे कवन कवन गुण कह कह गावा तू साहिब गुणी निधाना तुमरी महिमा बरन ना सको तू ठाकुर ऊंच भगवान असी जिस मालक दे प्यार विच बैठे हाँ ओ मालक किन्ना कोई वड़ा है ਬਾਣੀ ਕਹਿੰਦੀ ਹੈ ਸਤਿਗੁਰੂ ਦਇਆ ਨਿਧ ਉਹ ਦਇਆ ਦਾ ਖਜ਼ਾਨਾ ਹੈ ਉਹ ਰਹਿਮਤਾਂ ਦਾ ਖਜ਼ਾਨਾ ਹੈ ਮਹਿਮਾ ਅਗਾਧ ਬੋਧ ਉਸ ਦੀਆਂ ਮਹਿਮਾ ਜਿਹੜੀ ਹੈ ਉਸਦੀ ਉਸਤਤ ਜਿਹੜੀ ਹੈ ਉਹ ਕਹਿਣੇ ਅਤੇ ਸੁਣਨੇ ਤੋਂ ਪਰੇ ਹੈ ਨਮੋ 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 ਨੇਤ 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 ਹੈ ਐਸੇ ਮਾਲਕ ਦੇ ਬਾਰੇ 'ਚ ਉਹਨਾਂ ਨੂੰ ਨਮਸਕਾਰ ਹੈ ਇੱਕ ਵਾਰੀ ਨਹੀਂ ਬੇਅੰਤ ਵਾਰੀ ਕਿਉਂਕਿ ਜਿਸ 'ਤੇ ਵੀ ਨਿਗਾਹ ਪੈ ਗਈ ਉਸਦਾ ਜੀਵਨ ਸਵਰ ਗਿਆ ਇੱਕ ਕਵੀ ਕਿਸ਼ਨ ਚੰਦ ਬੈਠਾ ਸੀ ਸਤਿਗੁਰੂ ਭਗਵਾਨ ਦਾਸ ਜੀ ਦੇ ਸਤਸੰਗ ਦੇ ਵਿੱਚ ਅਤੇ ਸਤਿਗੁਰਾਂ ਦੀ ਨਿਗਾਹ ਪੈ ਗਈ ਅਤੇ ਸਤਿਗੁਰਾਂ ਨੇ ਕਿਹਾ ਕਿਸ਼ਨ ਚੰਦ ਜੀ ਤੁਸੀਂ ਸਾਨੂੰ ਇੱਕ ਕਵਿਤਾ ਸੁਣਾਓ ਅਤੇ ਸਤਿਗੁਰਾਂ ਦੇ ਚਰਣਾਂ 'ਤੇ ਮਸਤਕ ਰੱਖਿਆ ਅਤੇ ਬੜੇ ਪਿਆਰ ਦੇ ਨਾਲ ਇਹ ਕਵਿਤਾ ਸੁਣਾਈ ਆਓ ਕਿਸ ਤਰ੍ਹਾਂ ਉਹ ਕਿਸ਼ਨ ਚੰਦ ਜੀ ਕਵੀ ਸਰ ਕਵਿਤਾ ਸੁਣਾ ਰਹੇ ਹਨ ਆਓ ਪਿਆਰ ਨਾਲ ਪੜ੍ਹੇ ਸਤਿਗੁਰ ਭਗਵਾਨ ਦਾਸ ਜੀ ਤੇਰੀ ਹੋਵੇ ਜੈ ਜੈਕਾਰ ਸਤਿਗੁਰ ਭਗਵਾਨ ਦਾਸ ਜੀ ਤੇਰੀ ਹੋਵੇ ਜੈ ਜੈਕਾਰ ਤੇਰੀ ਹੋਵੇ ਜੈ ਜੈਕਾਰ ਤੇਰੀ ਮਹਿਮਾ ਕਹੀ ਨਾ ਜਾਏ ਤੂੰ ਹੈ ਰੂਪ ਨਿਰੰਕਾਰ ਤੇਰੀ ਮਹਿਮਾ ਕਹੀ ਨਾ ਜਾਏ ਤੂੰ ਹੈ ਰੂਪ ਨਿਰੰਕਾਰ ਸਤਿਗੁਰ ਭਗਵਾਨ ਦਾਸ ਜੀ ਤੇਰੀ ਹੋਵੇ ਜੈ ਜੈਕਾਰ ਸਤਿਗੁਰ ਭਗਵਾਨ ਦਾਸ ਜੀ ਤੇਰੀ ਧੰਨ ਸਤਿਗੁਰ ਨਾਨਕ ਜਾਵਾਂ ਚਰਣਾ ਤੋਂ ਬਲਿਹਾਰ ਧੰਨ ਧੰਨ ਸਤਿਗੁਰ ਨਾਨਕ ਜਾਵਾਂ ਚਰਣਾ ਤੋਂ ਬਲਿਹਾਰ ਉਸ ਦੀ ਉਪਮਾ ਕਹੀ ਨਾ ਜਾਏ ਉਸੇ ਰੂਪ ਨਿਰੰਕਾਰ ਉਸ ਦੀ ਉਪਮਾ ਕਹੀ ਨਾ ਜਾਏ ਉਸੇ ਰੂਪ ਨਿਰੰਕਾਰ ਅੱਜ ਕੈਮਲਪੁਰ ਆਇਆ ਹੈ ਉਹੀ ਜਾ ਮਾਤਾ ਇਹ ਰੂਪ ਭਗਵਾਨ ਦਾ ਹੈ ਲੈਦਾ ਦੁਖੀਆਂ ਦੀ ਸਾ ਇਹ ਰੂਪ ਭਗਵਾਨ ਦਾ ਹੈ ਲੈਦਾ ਦੁਖੀਆਂ ਦੀ ਸਾ ਸਤਿਗੁਰ ਭਗਵਾਨ ਦਾਸ ਜੀ ਤੇਰੀ ਹੋਵੇ ਜ
जय जय कार सतगुर भगवान दास जी तेरी होवे जय जयकार अज कैमलपुर विच बैठा संगतां तों नाम जपांदा है अज कैमलपुर विच बैठा संगतां तों नाम जपांदा है पुल्ला पटका जो भी आया ओनू चरणी लांदा है पुल्ला पटका जो भी आया ओनू चरणी लांदा है बख्शिश जिस ते कीती नाम दी बख्शिश जिसके ओ करदा जय जयकार ओ करदा जय जयकार तू रूप है सतगुर संग दे दा आया जा माता सतगुर भगवान दास जी तेरी सतगुर भगवान दास जी तेरी होवे जय जयकार नाम तेरा भगवान दास पर जोत तहे निरंकारी नाम तेरा भगवान दा पर जोत तहे निरंकारी नाम जपा कर साहिब जी तूने भुली संगत तारी नाम जपा कर साहिब जी तूने भुली संगत तारी मालक होवे दुआ जहानी मालक होवे दुआ जा तेरी होवे जय जयकार तू तन है मैं आखा तैनू निरंकार तू तन है मैं आखा तैनू निरंकार सतगुर भगवान दास जी तेरी होवे जय जयकार सतगुर भगवान दास जी तेरी होवे जय जयकार हजरों विच श्री कलगी तर ने अपनी जोत जगाई है हजरों विच श्री कलगी तर ने अपनी जोत जगाई गुरु बालक सिंह जी ने संगतां जी नू दित्ती गुर आई है सतगुरु बालक सिंह जी गुर संग तेनू दित्ती गुर आई है इना तो गुरु नारायण दास ने ओही बख्शिश पाई है उना तो गुरु नारायण दास ने ओही बख्शिश पाई सतगुर साधु राम जी नो फिर मिली गुर आई सतगुर साधु राम जी नो फिर मिली गुर आई है सतगुर भगवान दास जी तेरी होवे जय जयकार सतगुर भगवान दास जी तेरी होवे जय जयकार तेरी महिमा कही न जाए तू है महिमा कहीं न जाए
ਕੇ ਸਤਿਗੁਰਾਂ ਦੇ ਗੁਣ ਗਾ ਰਿਹਾ ਹੈ। ਕਵਿਤਾ ਜਦੋਂ ਪੜ੍ਹੀ ਤਾਂ ਉਸਦੀ ਅੱਖ ਅੱਥਰੂ ਆ ਗਏ। ਸਤਿਗੁਰਾਂ ਦੇ ਚਰਣਾਂ 'ਤੇ ਗਿਰਿਆ ਅਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਕੀ ਗੱਲ ਹੈ, ਕਿਸ਼ਨ ਚੰਦ ਜੀ ਤੁਸੀਂ ਬੜੇ ਚਿੰਤਾ 'ਚ ਕਿਉਂ ਹੋ? ਕਹਿਣ ਲੱਗੇ ਸਤਿਗੁਰੂ ਜੀ, ਬਾਕੀ ਤਾਂ ਆਪ ਜੀ ਦੀ ਬੜੀ ਕਿਰਪਾ ਹੈ ਪਰ ਮੇਰੇ 'ਤੇ ਕਰਜ਼ ਬੜਾ ਚੜ੍ਹ ਗਿਆ ਹੈ। ਮੇਰੇ ਕੋਲ ਲੈਣਦਾਰ ਪੈਸੇ ਲੈਣੇ ਆਉਂਦੇ ਹਨ ਅਤੇ ਪੈਸੇ ਮੇਰੇ ਕੋਲ ਹੁੰਦੇ ਨਹੀਂ। ਆਪ ਜੀ ਦਾ ਵਚਨ ਜਿਹੜਾ ਹੈ ਉਹ ਕਿਸ ਤਰ੍ਹਾਂ ਪਾਲਨ ਕਰੀਏ, ਜੋ ਰਹਿਣੀਆਂ ਆਪ ਜੀ ਨੇ ਦੱਸੀਆਂ ਹਨ। ਤਾਂ ਸਤਿਗੁਰੂ ਭਗਵਾਨ ਦਾਸ ਜੀ ਮੁਸਕਰਾਏ ਅਤੇ ਪੁੱਛਣ ਲੱਗੇ ਤੂੰ ਕਿਸ ਦਾ ਪੈਸਾ ਦੇਣਾ? ਅਤੇ ਉਸ ਵਕਤ ਕਿਸ਼ਨ ਚੰਦ ਜੀ ਨੇ ਇਸ਼ਾਰਾ ਕੀਤਾ ਸਾਹਮਣੇ ਠਾਕੁਰ ਤੋਲਾ ਰਾਮ ਸਿੰਘ ਜੀ ਦੀ ਤਰ੍ਹਾਂ ਕਿ ਜੀ ਮੈਂ ਇਹਨਾਂ ਕੋਲ ਕਰਜ਼ਾ ਲਿੱਤਾ ਹੈ। ਤਾਂ ਉਸ ਆਨੰਦ ਦੇ ਸਾਗਰ, ਦਇਆ ਦੇ ਸਾਗਰ, ਸਤਿਗੁਰੂ ਭਗਵਾਨ ਦਾਸ ਜੀ ਪੁੱਛਣ ਲੱਗੇ ਤੋਲਾ ਰਾਮ ਸਿੰਘ ਜੀ ਨੂੰ, ਠਾਕਰ ਜੀ ਤੁਸਾਂ ਨੇ ਕਿਤਨਾ ਕਰਜ਼ਾ ਇਸ ਕੋਲ ਲੈਣਾ ਹੈ, ਇਸਨੇ ਕਿਤਨਾ ਕਰਜ਼ਾ ਤੁਹਾਡਾ ਦੇਣਾ ਹੈ, ਕਿਤਨਾ ਤੁਸਾਂ ਲੈਣਾ ਹੈ? ਅਤੇ ਠਾਕੁਰ ਤੋਲਾ ਰਾਮ ਸਿੰਘ ਜੀ ਜਿਹੜੇ ਸਤਿਗੁਰਾਂ ਤੋਂ ਵਿਖੇ ਹੋਏ ਸਨ, ਜਦੋਂ ਉਹਨਾਂ ਨੇ ਦੇਖਿਆ ਕਿ ਬਈ ਕਿਸ਼ਨ ਚੰਦ ਕਵੀਸਰ ਇਤਨਾ ਪਿਆਰ ਦੇ ਵਿੱਚ ਉਸ ਮਾਲਕ ਦੇ ਗੁਣ ਗਾ ਰਿਹਾ ਹੈ, ਉਸ ਗੁਰੂ ਨਾਨਕ ਦੇ ਗੁਣ ਗਾ ਰਿਹਾ ਹੈ, ਉਸਦੇ ਚਰਣਾਂ ਦੇ ਨਾਲ ਜੁੜਿਆ ਹੈ, ਅਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੈਂ ਤਾਂ ਕੋਈ ਪੈਸਾ ਨਹੀਂ ਲੈਣਾ, ਉਲਟਾ ਮੈਂ ਇਸਦਾ ਕਰਜ਼ਦਾਰ ਹਾਂ। ਸਤਿਗੁਰੂ ਭਗਵਾਨ ਦਾਸ ਜੀ ਕਿਸ਼ਨ ਚੰਦ ਜੀ ਨੂੰ ਕਹਿਣ ਲੱਗੇ, ਕਿਉਂ ਕਿਸ਼ਨ ਚੰਦ, ਇਹ ਤਾਂ ਕਹਿ ਦਿਆ ਮੈਂ ਕੋਈ ਕਰਜ਼ਾ ਹੀ ਨਹੀਂ ਲਿਆ ਤੁਹਾਡਾ। ਅਤੇ ਕਵੀ ਕਿਸ਼ਨ ਚੰਦ ਜੀ ਸਤਿਗੁਰਾਂ ਦੇ ਚਰਣਾਂ 'ਚ ਗਿਰੇ, ਇਹੀ ਕਹਿਣ ਲੱਗੇ ਕਿ ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ ਨੇਤ। ਬਈ ਮੈਂ ਤਾਂ ਇਸਦਾ ਕਰਜ਼ਾ ਦੇਣਾ ਹੈ ਪਰ ਆਪ ਜੀ ਦੀ ਨਿਗਾਹ, ਆਪ ਜੀ ਦਾ ਵਚਨ ਕਿ ਕਹਿ ਰਹੇ ਜੀ ਕੁਛ ਨਹੀਂ ਦੇਣਾ। ਅਤੇ ਕਹਿਣ ਲੱਗੇ ਕਿਸੇ ਹੋਰ ਦਾ ਵੀ ਕੁਛ ਹੈ? ਕਹਿੰਦੇ ਨਹੀਂ ਜੀ। ਅਤੇ ਜਦੋਂ ਉਹ ਮੱਥਾ ਟੇਕ ਕੇ ਬਾਹਰ ਨਿਕਲਿਆ ਤਾਂ ਠਾਕੁਰ ਤੋਲਾ ਰਾਮ ਸਿੰਘ ਜੀ ਉਸਦੇ ਨਜ਼ਦੀਕ ਪਹੁੰਚ ਗਏ। ਕਹਿਣ ਲੱਗੇ ਕਿਸ਼ਨ ਚੰਦ, ਤੂੰ ਨੇ ਸਤਿਗੁਰਾਂ ਨੂੰ ਰਾਜ਼ੀ ਕੀਤਾ ਹੈ, ਤੂੰ ਸਤਿਗੁਰ ਦਾ ਪਿਆਰਾ ਹੈ, ਮੈਂ ਤੇਰੇ ਕੋਲ ਕੁਛ ਨਹੀਂ ਲੈਣਾ, ਤੈਨੂੰ ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਂ ਤੈਨੂੰ ਦੱਸਣਾ। ਇਹ ਗੱਲ ਸੁਣ ਕੇ ਕਿਸ਼ਨ ਚੰਦ ਕਿਤਨਾ ਬੇਫਿਕਰ ਹੋ ਗਿਆ। ਸਤਿਗੁਰੂ ਕਿਸ ਤਰ੍ਹਾਂ ਬੇਫਿਕਰੀਆਂ ਕਰ ਦਿੰਦਾ ਹੈ, ਕਿਸ ਤਰ੍ਹਾਂ ਦੁੱਖ ਕੱਟ ਦਿੰਦਾ ਹੈ। ਜਿਤੜੇ ਫਲ ਮਨ ਬਾਛੀਏ ਤਿਤੜੇ ਸਤਿਗੁਰੂ ਪਾਸ। ਉਹ ਐਸਾ ਪਰਮ ਪ੍ਰਤਾਪੀ ਸਤਿਗੁਰੂ ਹੈ ਜਿਸ ਦੇ ਜਿਤਨੇ ਗੁਣ ਗਾਈਏ ਉਤਨੇ ਥੋੜ੍ਹੇ ਹਨ। ਉਹ ਪਿਆਰ ਨਾਲ ਇਹ ਪੰਕਤੀਆਂ ਸ਼ਬਦ ਦੀ ਪੜ੍ਹ ਕੇ ਅਤੇ ਫਿਰ ਸਮਾਪਤੀ ਕਰੀਏ। ਉਪਰੰਤ ਰਾਗੀ ਸਿੰਘ ਆ ਗਏ ਹਨ, ਉਹ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ, ਨਮੋ 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 ਨੇਤ ਨੇਤ ਨੇਤ। ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚਲ, ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚਲ, ਸਤਿਗੁਰ ਪੋਟ ਪੈਂਡਾ ਆਗੇ ਹੋਏ ਲੇਤ, ਸਤਿਗੁਰ ਪੋਟ ਪੈਂਡਾ ਆਗੇ ਹੋ।
ਗੁਰੁ ਕੋਟ ਪੈਂਡਾ ਆਗੇ ਹੋਏ ਨੇਤ ਹੈ। ਸਤਿਗੁਰੁ ਕੋਟ ਪੈਂਡਾ ਆਗੇ ਹੋਏ ਨੇਤ ਹੈ। ਸਤਿਗੁਰੁ ਦਇਆ ਨਿਤ ਮਹਿਮਾ ਗਾਤ ਬੋ। ਸਤਿਗੁਰੁ ਦਇਆ ਨਿਤ ਮਹਿਮਾ ਗਾਤ ਬੋ। ਨਮੋ 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 ਨੇਤ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਸਤਿਕਾਰਯੋਗ ਭਾਈ ਸਾਹਿਬ,